ਸਾਰੀ ਦੀ ਯੂਰ ਫੈਮਿਲੀ ਉਮੀਦ ਕਰਦੇ ਹਾਂ ਕਿ ਤੁਸੀਂ ਖੈਰੇ ਨਾਲ ਹੋ ਗਏ। ਤੁਸੀਂ ਦੇਖ ਲਓ ਮੈਂ ਯੂਟਿਊਬ ਚੈਨਲ ਆਮਿਨਾ ਸ਼ਹਿਜ਼ਾਦੀ ਅਤੇ ਮੇਰੀ ਦੁਆਵਾਂ ਤੁਸੀਂ ਜਿੱਤੇ ਰਹੋ, ਸਦਾ ਹੱਸਦੇ ਰਹੋ, ਵਾਸਦੇ ਰਹੋ, ਹਮੇਸ਼ਾ ਹਮੇਸ਼ਾ ਬਾਅਦ ਰਹੋ। ਅਗਰ ਜੇ ਮੇਰੇ ਫੈਮਿਲੀ ਮੈਂਬਰ ਜੀ ਮੇਰੇ ਚੈਨਲ ਨਹੀਂ ਬਣਿਆ, ਅਗਰ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਲਾਈਕ ਕਰ ਦਿਓ ਤਾਂ ਕਿ ਹਰ ਵੀਡੀਓ ਬਹੁਤ ਸਾਰੇ ਨਾਲ ਮੇਰੇ ਫੈਮਿਲੀ ਮੈਂਬਰ ਤੋਂ ਪਹੁੰਚ ਸਕੇ। ਤੁਹਾਨੂੰ ਸਪੈਸ਼ਲ ਲਾਓ, ਸਾਡੀਆਂ ਦੁਆਵਾਂ ਨਾਲ ਦਾ ਵਲੌਗ ਸ਼ੁਰੂ ਕਰਦੇ ਹਾਂ। ਆਹਦਾ ਵਲੌਗ ਬਹੁਤ ਮਜ਼ੇਦਾਰ ਹੋਣ ਨਾਲ ਲੱਗ ਕਰਕੇ ਇਰਦ ਗਿਰਦ ਵੇਖ ਕੇ ਤੁਹਾਨੂੰ ਪਤਾ ਅਸੀਂ ਚੱਲ ਹੀ ਗਿਆ ਕਿ ਮੈਂ ਕਿੱਥੇ ਜਾ ਰਹੀ ਹਾਂ। ਅਤੇ ਗਾਇਸ ਫਸਣਾ ਮੇਰੇ ਦੇਖੋ ਇੱਧਰ ਫਸਣਾ ਉਹਦੇ ਫਸਣਾ ਅਤੇ ਮੈਂ ਫਸਲਾਂ ਦੇ ਦਰਮਿਆਨ ਚਲੀ ਜਾ ਰਹੀ ਹਾਂ। ਦੇਖੋ ਧੁੱਪ ਸੁਬਹਾ ਸੁਬਹਾ ਗਾਇਸ ਹਲੇ 8:15 ਹੋਇਆ ਅਤੇ ਧੁੱਪ ਬਹੁਤ ਜ਼ਿਆਦਾ ਗਰਮੀ ਹੋ ਗਈ ਆ। ਕੱਲ੍ਹ ਫਿਰ ਵੀ ਮੌਸਮ ਮਾਸ਼ਾ ਅੱਲਾਹ ਸਹੀ ਸੀ ਅਤੇ ਗਾਇਸ 5 ਵਜੇ ਸਾਡੇ ਕੋਲ ਬਹੁਤ ਜ਼ਿਆਦਾ ਤੂਫਾਨੀ ਹਨੇਰ ਵੀ ਆਇਆ ਸੀਗਾ ਅਤੇ ਬਾਰਿਸ਼ ਵੀ ਆਈ ਸੀਗੀ। ਕਹਿੰਦੇ 3-4 ਦਿਨ ਇੱਦਾਂ ਰਹੋ ਕਿਉਂਕਿ ਪਤਾ ਨਹੀਂ ਕਿਉਂ ਫਿਰ ਵੀ ਦੇਖੋ ਇੰਨੀ ਧੁੱਪ ਨਿਕਲੀ ਹੋਈ ਅਤੇ ਚਲੀ। ਦੇਖੋ ਗਾਇਸ ਧੁੱਪ ਦੀ ਵਜ੍ਹਾ ਤੋਂ ਸਾੜ ਸੁੜ ਗਈ ਉਹਦੀ, ਤੁਸੀਂ ਹਾਲਤ ਚੈੱਕ ਕਰੋ। ਅਤੇ ਚਲੋ ਮੈਂ ਹੁਣ ਆਪਦੀ ਗੱਲ ਦੱਸਾਂ ਮੈਂ ਕਿੱਥੇ ਜਾ ਰਹੀ ਹਾਂ, ਤੁਹਾਨੂੰ ਮੈਂ ਹਰੇ ਨੂੰ ਦੱਸਾਂਗਾ। ਚਲੋ ਤੁਹਾਨੂੰ ਤੁਸੀਂ ਵੇਖੋ ਫਿਰ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਗਾਇਸ ਮੈਂ ਫਲਾਣ ਜਗ੍ਹਾ 'ਤੇ ਆਈ ਸੀ ਅਤੇ ਕੀ ਕਰਨ ਆਈ ਸੀ ਇਹ ਵੀ ਮੈਂ ਤੁਹਾਨੂੰ ਦੱਸਦੀ ਹਾਂ। ਫਿਰ ਭੈਣ ਗਾਇਸ ਆਪਣੀ ਦੁਕਾਨੇ ਚੱਲਦੀ ਆ, ਮਜ਼ਾ ਕਰੀਦਾ, ਇੰਨਾ ਖਾਈਦਾ ਵਾ। ਇਹ ਮੰਮਾ ਕੋਲ ਮਾਰ ਵੀ ਖਾਈ ਦੀ ਜਿੱਦਾਂ ਟੂਲ ਚ ਨਹਾਈਏ, ਕਿਉਂਕਿ ਗਾਇਸ ਮੰਮਾ ਕਹਿੰਦੀ ਅਸੀਂ ਤੁਹਾਡਾ ਕਿਹ ਵਾਸਤੇ ਲਵਾਇਆ ਜਦੋਂ ਤੁਸੀਂ ਨਾ ਹੀ ਟੂਲ ਜਿਹਾ। ਕੱਲ੍ਹ ਤੁਹਾਡੀ ਭੈਣ ਨੂੰ ਬੜੀ ਮਾਰ ਪਈ, ਕਿਉਂ ਪਈ? ਇਸ ਟੂਲ ਦੀ ਵਜ੍ਹਾ 'ਚ ਪਈ। ਚਲੋ ਗਾਇਸ ਦੇਖੋ ਹਨੇਰ ਆਇਆ ਸੀਗਾ ਜਾਂ ਪਿਛਲੀ ਦਫ਼ਾ ਹਨੇਰ ਆਇਆ ਸੀ ਉਹਦੀ ਗੱਲ ਕਰਦੀ ਆ। ਦੇਖੋ ਸਾਡੀ ਟਾਲੀ ਗਿਰ ਗਈ, ਸਾਡਾ ਨੁਕਸਾਨ ਹੋ ਗਿਆ ਵਾ। ਕਿੱਥੋਂ ਗਿਰੀ ਆ? ਡਿੱਗੀ ਆ, ਡਿੱਗੀ ਨਹੀਂ, ਮੈਨੂੰ ਲੱਗਿਆ ਮੁੱਢ ਡਿੱਗੇ ਹੋ ਪਰ ਨਹੀਂ। ਪਰ ਮੇਰੀ ਤਾਂ ਮੈਂ ਆਈ ਇੰਨੇ ਦਿਨਾਂ ਬਾਅਦ ਆ ਗਾਇਸ ਵਲੌਗ ਬਣਾਉਣ। ਦੇਖੋ ਇੱਥੇ ਟੁੱਟ ਗਏ ਦਰਮਿਆਨ ਦੇ ਵਿੱਚ, ਬਹੁਤ ਵੱਡੀ ਟਾਲੀ ਸੀ ਗਾਇਸ, ਬਹੁਤ ਜ਼ਿਆਦਾ ਸੀ, ਸ਼ਾਮ ਦੀ ਸੀ। ਇੱਥੇ ਨਾਨਾ ਬੂ ਆਪਣੇ ਆਪ ਬਹਿੰਦੇ ਹੁੰਦੇ ਸੀਗੇ, ਇੱਥੇ ਪਾਣੀ ਵਗੈਰਾ ਦਾ ਕੂਲਰ ਪਿਆਉਂਦਾ ਸੀ, ਇੱਥੇ ਬਹਿ ਕੇ ਰੋਟੀ ਖਾਂਦੇ ਸੀਗੇ। ਅੱਛਾ ਗਾਇਸ ਮੈਂ ਆਈ ਸੀ ਝੋਨੇ ਵੱਲ, ਤੁਹਾਨੂੰ ਹੁਣ ਦੱਸਾਂ ਮੈਂ ਆਈ ਸੀ ਝੋਨੇ ਵੱਲ ਗੇੜਾ ਲਾਉਣ ਕਿਉਂਕਿ ਉਹ ਹਾਂਜੀ ਗਾਇਸ ਉੱਥੇ ਝੋਨਾ ਲਗਾਉਂਦੇ ਹਾਂ ਜਿੱਥੇ ਜਿੱਥੇ ਉਹਦਾ ਝੋਨਾ ਸੁੱਕ ਗਿਆ ਸੀ। ਤਿਆਰੀ ਸ਼ਿਆਰੀ ਫੁੱਲ ਕਰਕੇ ਆਇਆ ਘਰੋਂ ਅਤੇ ਚਲੋ ਹੁਣ ਝੋਨਾ ਇੱਥੇ ਪਨੀਰੀ ਚੁੱਕਦੇ ਹਾਂ। ਇਹ ਤਾਂ ਗਾਇਸ ਜੰਮਿਆ ਪਿਆ ਵਾ ਇੱਥੇ, ਦੇਖੋ ਗਾਇਸ ਝੋਨਾ ਧੁੱਪ ਦੀ ਵਜ੍ਹਾ ਤੋਂ ਕਿੰਨਾ ਜਲ ਗਿਆ, ਸੁੱਕ ਗਿਆ। ਗਾਇਸ ਗੁੱਟੀ ਨੂੰ ਮੈਂ ਖੇਡ ਲਿਆ ਵਾ, ਜੜਾ ਇਹਨਾਂ ਦੀਆਂ ਮਜ਼ਬੂਤ ਹੋਈਆਂ ਪਿਆ ਸੀਗੀਆਂ। ਇੱਥੇ ਸਾਫ ਕਰ ਲੈਣਾ, ਇੱਥੇ ਰੱਖ ਕੇ ਨੀਚੇ ਧੋਣਾ ਨਾ ਇਹਨਾਂ ਨੂੰ ਮਿੱਟੀ ਲਾਉਣੇ ਨਾਲ। ਗਾਇਸ ਨਾਨਾ ਅੱਬੂ ਦੱਸਦੇ ਹੁੰਦੇ ਸੀ ਇੱਦਾਂ ਕਰੀਦਾ ਸੀ ਨਾ, ਤੇ ਇੱਦਾਂ ਪਾਣੀ 'ਚ ਮਾਰ ਕੇ ਫਿਰ ਇੱਦਾਂ ਕਰਦੇ ਸੀਗੇ ਅਤੇ ਸਾਫ ਹੋ ਜਾਂਦਾ ਸੀ, ਮਿੱਟੀ ਵਗੈਰਾ ਨਾ ਸਾਰੀ ਨਾਲ ਲੱਥ ਜਾਂਦੀ ਸੀ। ਹਾਂਜੀ ਗਾਇਸ ਜਿੱਥੇ ਹੁਣ ਜਗ੍ਹਾ ਛੱਡੀ ਹੋਈ ਹੈ ਜਿੱਥੇ ਝੋਨਾ ਸੁੱਕ ਗਿਆ ਸੀਗਾ, ਤੁਹਾਨੂੰ ਮੈਂ ਲਗਾਉਂਦੀ ਹਾਂ ਬਿਸਮਿਲ੍ਲਾਹ ਮਾਨ ਗਾਇਸ ਜਿਨ੍ਹਾਂ ਜਿਨ੍ਹਾਂ ਦੇ ਝੋਨੇ ਲੱਗ ਰਹੇ ਅੱਲਾ ਮੈਂ ਸਾਰਿਆਂ ਦੇ ਝੋਨਿਆਂ 'ਚ ਬਰਕਤ ਪਾਏ,
ਅੱਲਾ ਮੈਂ 4:30 ਬਰਕਤ ਪਾਏ। ਲਗਾਉਂਦੀ ਸੀ ਨਾ ਟਾਹਣ ਵਗੈਰਾ, ਇਹ ਦੇਖੋ ਇੰਨੀ ਕੁ ਲੈ ਲਿਆ ਨਾ ਬੂਟਾ, ਥੋੜਾ ਜਿਹਾ ਲਗਾਉਣ ਲੱਗਦੀ ਸੀ ਫਿਰ ਉੱਪਰ ਆ ਜਾਂਦਾ ਸੀ, ਲਗਾਉਂਦੀ ਸੀ ਫਿਰ ਉੱਪਰ ਆ ਜਾਂਦਾ ਸੀ। ਨਾਨਾ ਬੂ ਕਹਿੰਦਾ ਤੂੰ ਜੁੱਤੀ ਪਾ ਤੇ ਘਰ ਚੱਲ ਜਾਣਾ, ਤੂੰ ਮੇਰੇ ਕੋਲ ਮਾਰ ਖਾ ਲੈਣੀ, ਲਾਣਾ ਤੈਨੂੰ ਆਉਂਦਾ ਨੀ, ਤੂੰ ਸਾਰਿਆਂ ਨੂੰ ਜ਼ਲੀਲ ਕੀਤੀ ਜਾਣੀ, ਨਾਲ ਖੁਦ ਹੀ ਹੁੰਦੀ ਹੋਈ ਆ। ਚਲੋ ਮੈਂ ਲਗਾ ਲਵਾਂ ਜਲਦੀ ਜਲਦੀ, ਜਿੱਥੇ ਜਿੱਥੇ ਜਲਿਆ ਹੋਇਆ ਸੀ ਉੱਥੇ ਉੱਥੇ ਮੈਂ ਲਗਾ ਦਿੱਤਾ, ਅਤੇ ਦੂਸਰਾ ਝੋਨਾ ਮਾਸ਼ਾਅੱਲਾ 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 ਬਹੁਤ ਪਿਆਰਾ ਲੱਗਾ ਹੋਇਆ ਵਾ। ਅੱਲਾ ਨੇ ਉਹਨਾਂ ਨੂੰ ਦੱਸਿਆ ਵੱਧ ਬਚਾਇਆ, ਅਤੇ ਉਹਦਾ ਹੀ ਸਾਨੂੰ ਵੀਡੀਓ ਚਲਾਉਣੀ ਆ, ਇੱਕ ਦਫ਼ਾ ਮੈਂ ਲਗਾ ਲਵਾਂ। ਕਰਦੇ ਵੀਡੀਓ ਦਾ ਐਂਡ ਮਿਲਾਂ ਜਲਦੀ ਵੀਡੀਓ 'ਚ, ਮੇਰੇ ਚੈਨਲ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਅੱਲਾ ਹਾਫਿਜ਼।